ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਮੇਰੇ ਚੈਨਲ ਦਾ ਨਾਮ ਹੈਗਾ ਵਾਹਿਗੁਰੂ ਸੂਟ ਪੇਂਟਿੰਗ। ਆਪਾਂ ਹੁਣ ਇਸ ਚੈਨਲ ਦੇ ਉੱਪਰ ਵਧੀਆ ਵਧੀਆ ਡਿਜ਼ਾਇਨ ਪਾਇਆ ਕਰਾਂਗੇ, ਵਧੀਆ ਵਧੀਆ ਸੂਟ ਪੇਂਟਿੰਗ ਕੀਤੇ ਦਿਖਾਇਆ ਕਰਾਂਗੇ ਤੁਹਾਨੂੰ। ਚੈਨਲ ਨੂੰ ਜ਼ਰੂਰ ਦੇਖਣਾ, ਕਮੈਂਟ ਕਰਕੇ ਦੱਸਣਾ ਵੀ ਕਿੱਦਾਂ ਦਾ ਤੁਹਾਨੂੰ ਮੈਨੂੰ ਲੱਗ ਰਿਹਾ ਮੇਰੇ ਸੂਟ, ਕਿੱਦਾਂ ਦੀ ਮੇਰੀ ਪੇਂਟਿੰਗ ਲੱਗ ਰਹੀ ਤੁਹਾਨੂੰ। ਅੱਜ ਆਪਾਂ ਪੀਲੇ ਰੰਗ ਦਾ ਸੂਟ ਆ, ਇਹ ਮਸਲੀਨ ਦਾ ਹੈ, ਕੱਪੜਾ ਮਸਲੀਨ ਆ। ਅੱਜ ਆਪਾਂ ਫਲਾਵਰ ਬਣਾਵਾਂਗੇ ਅਤੇ ਹੁਣ ਮੈਂ ਕਲੀ ਬਣਾਉਂਦੀ ਹਾਂ। ਪਹਿਲਾਂ ਮੈਂ ਵਾਈਟ ਕਲਰ ਉੱਪਰ ਲਗਾਇਆ, ਇੱਕ ਕਲੀ ਦੀਆਂ ਤਿੰਨ ਪੱਤੀਆਂ। ਮੈਂ ਇੱਕੋ ਵਾਰੀ ਇਸ ਕਰਕੇ ਸਾਰੇ 'ਤੇ ਕਲਰ ਕਰ ਲਿਆ ਕਿਉਂਕਿ ਪੱਤੀਆਂ ਬਹੁਤ ਛੋਟੀਆਂ ਸੀਆਂ। ਬਾਅਦ ਵਿੱਚ ਮੈਂ ਇਹਨਾਂ ਨੂੰ ਅਲੱਗ ਕਰੂੰਗੀ ਵਾਈਟ ਦਾ ਸ਼ੇਡ ਦੇ ਕੇ। ਹੁਣ ਆਪਾਂ ਫਲਾਵਰ ਤਿਆਰ ਕਰਾਂਗੇ। ਜੇ ਤੁਸੀਂ ਅਲੱਗ ਅਲੱਗ ਕਲੀ ਦੀਆਂ ਪੱਤੀਆਂ ਤਿਆਰ ਕਰਨੀਆਂ ਤੁਸੀਂ ਛੋਟਾ ਬ੍ਰੱਸ਼ ਵੀ ਵਰਤ ਸਕਦੇ ਹਾਂ, ਛੋਟੇ ਬ੍ਰੱਸ਼ ਨਾਲ। ਸੋ ਮੈਂ ਵੀਡੀਓ ਬਣਾਉਣੀ ਸੀ ਇਸ ਕਰਕੇ ਮੈਂ ਇੱਕੋ ਹੀ ਬ੍ਰੱਸ਼ ਲੈ ਰਹੀ ਹਾਂ। ਇਹ ਵੀ ਪੱਤੀ ਛੋਟੀ ਹੈ, ਨਾਲ ਇਹਦੇ ਨਾਲ ਹੀ ਮੈਂ ਵਾਈਟ ਕਲਰ ਲਗਾ ਲੂੰਗੀ।
ਥੋੜ੍ਹਾ ਵਾਈਟ ਦਾ ਹੋਰ ਟੱਚ ਦੇਵਾਂਗੇ, ਪੱਤੀ ਅਲੱਗ ਅਲੱਗ ਦੇ, ਜਿਹਦੇ ਨਾਲ ਅਲੱਗ ਅਲੱਗ ਪੱਤੀਆਂ, ਥੋੜ੍ਹਾ ਪੱਤੇ ਸ਼ੇਪ ਵਧੀਆ ਬਣੇ। ਵਾਈਟ ਕਲਰ ਸੁੱਕੇ ਤੋਂ ਹੀ ਸ਼ੇਡ ਦਿਆ ਕਰੋ, ਜਦੋਂ ਥੋੜ੍ਹਾ ਜਿਹਾ ਗਿੱਲਾ ਰਹਿ ਜਾਵੇ, ਜ਼ਿਆਦਾ ਗਿੱਲਾ ਵੀ ਨਹੀਂ ਰੱਖਣਾ ਅਤੇ ਜ਼ਿਆਦਾ ਸੁਕਾਉਣਾ ਵੀ ਨਹੀਂ। ਡਿਜ਼ਾਇਨ ਮੈਂ ਹਮੇਸ਼ਾ ਸਿਲੈਕਟਰ ਜੇ ਪਾਉਂਦੀ ਹੁੰਦੀ ਹਾਂ, ਜਿਹੜੇ ਮੈਨੂੰ ਜ਼ਿਆਦਾ ਵਧੀਆ ਲੱਗਣ। ਇਹ ਵੀ ਕਿਸੇ ਲੜਕੀ ਦੇ ਮੈਰਿਜ ਦੇ ਕੱਪੜੇ ਆਏ ਹੋਏ ਮੇਰੇ ਕੋਲ, ਮੈਰਿਜ ਦਾ ਸੂਟ ਆ ਕਿਸੇ ਦਾ। ਅਗਲੀ ਵੀਡੀਓ ਤੁਹਾਨੂੰ ਮੈਂ ਸਾਰਾ ਸੂਟ ਦਿਖਾਉਂਗੀ, ਸੂਟਾਂ ਦੀ ਵੀਡੀਓ ਜਦੋਂ ਪਾਉਂਗੀ ਉਹਦੇ ਵਿੱਚ ਤੁਹਾਨੂੰ ਸਾਰਾ ਸੂਟ ਦਿਖਾਉਂਗੀ, ਹੋਰ ਵੀ ਸੂਟ ਦਿਖਾਉਂਗੀ, ਮੇਰੇ ਕਾਫੀ ਬਣੇ ਪਏ ਸੂਟ। ਸੋ ਆਪਾਂ ਹੁਣ ਪੱਤੀ ਬਣਾਵਾਂਗੇ, ਨਾਲੇ ਵਾਲਾ ਇਹਦੀ ਡੰਡੀ ਬਣਾਵਾਂਗੇ ਕਲੀ ਦੀ। ਉਹਦੇ ਵਿੱਚ ਮੈਂ ਲੀਫ ਗ੍ਰੀਨ ਅਤੇ ਵਾਈਟ ਗ੍ਰੀਨ, ਸੋਰੀ ਲਾਈਟ ਗ੍ਰੀਨ ਵਰਤ ਰਹੀ ਹਾਂ। ਇਹ ਵਾਲੇ ਦੋ ਕਲਰ ਮੈਂ ਲੈ ਰਹੀ ਹਾਂ।
ਹੁਣ ਆਪਾਂ ਪੱਤੀ ਬਣਾਵਾਂਗੇ। ਪੱਤੀ ਵੀ ਇਸੇ ਤਰ੍ਹਾਂ ਡਬਲ ਸ਼ੇਡ ਦੀ ਬਣਾਵਾਂਗੇ। ਆਪਣੀ ਡਬਲ ਸ਼ੇਡ ਦੀ ਪੱਤੀ ਤਿਆਰ ਹੋ ਗਈ ਹੈ। ਵਿਚਾਲੇ ਇੱਥੇ ਆਪਾਂ ਬਰਾਊਨ ਕਲਰ ਲਾਵਾਂ, ਬਰਾਊਨ ਕਲਰ ਲਾ ਕੇ ਥੋੜ੍ਹੇ ਥੋੜ੍ਹੇ ਡੋਟਸ ਲਾਵਾਂਗੇ ਬਰੀਕ ਬਰੀਕ, ਇਹਨੂੰ ਵੀ ਹਾਈਲਾਈਟ ਕਰਾਂਗੇ। ਸੋ ਆਪਣੀ ਵੀਡੀਓ ਕੰਪਲੀਟ ਹੋਈ। ਇਸ ਚੈਨਲ 'ਤੇ ਮੇਰਾ ਚੈਨਲ ਦਾ ਦੁਬਾਰਾ ਮੈਂ ਫਿਰ ਨਾਂ ਦੱਸ ਦਿੰਦੀ ਹਾਂ, ਵਾਹਿਗੁਰੂ ਸੂਟ ਪੇਂਟਿੰਗ ਚੈਨਲ ਦਾ ਨਾਂ ਹੈ। ਮੈਂ ਇਹਦੇ ਵਿੱਚ ਵਧੀਆ ਵਧੀਆ ਡਿਜ਼ਾਇਨ ਪਾਇਆ ਕਰਾਂਗੇ, ਸੂਟ ਪਾਇਆ ਕਰਾਂਗੇ, ਪੇਂਟਿੰਗ ਸਿਖਾਇਆ ਕਰਾਂਗੇ। ਅਤੇ ਬਾਕੀ ਜਿਹੜੇ ਜਿੱਦਾਂ ਜਿਵੇਂ ਜਿਵੇਂ ਮੇਰੇ ਸੂਟ ਬਣਿਆ ਕਰਨਗੇ, ਤਿਵੇਂ ਤਿਵੇਂ ਸੂਟ ਵੀ ਦੁਕਾਨ ਤੁਹਾਡੇ ਨਾਲ ਸ਼ੇਅਰ ਕਰੂੰਗੀ, ਦੁਪੱਟੇ ਸ਼ੇਅਰ ਕਰੂੰਗੀ। ਸਿਲੈਕਟਡ ਜੇ ਮੈਂ ਡਿਜ਼ਾਇਨ ਹਮੇਸ਼ਾ ਪਾਉਂਦੀ ਹੁੰਦੀ, ਪਹਿਲਾਂ ਮੈਂ ਦੱਸ ਚੁੱਕੀ ਹਾਂ ਤੁਹਾਨੂੰ। ਅਤੇ ਸੋ ਓਕੇ, ਠੀਕ ਆ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ ਦੇ ਨਾਲ ਬੰਦੇ ਨੂੰ ਹੌਸਲਾ ਮਿਲਦਾ। ਓਕੇ ਬਾਏ, ਸਤਿ ਸ਼੍ਰੀ ਅਕਾਲ ਜੀ।